ਮੁਰਗੀ ਜ਼ਿੰਦਾ ਆਂਡਾ ਫਾਰਮੀ ਦੀ ਗੱਲ ਨਹੀਂ ਕਰਦਾ, ਫਾਰਮੀ 40 ਦਿਨਾਂ 'ਚ ਤਿਆਰ ਹੁੰਦਾ, ਜਿਹੜਾ ਮੌਲਵੀ ਖਾਲੇ 20 ਦਿਨਾਂ 'ਚ ਤਿਆਰ ਹੁੰਦਾ, ਬੋਲਦੇ ਨਹੀਂ, ਇਹਦੇ ਕੋਲ ਖਲੋਤਾ ਹੀ ਨਹੀਂ ਜਾਂਦਾ। ਫਾਰਮੀ ਨਹੀਂ, ਦੇਸੀ ਦੀ ਗੱਲ ਕਰ ਰਹੇ। ਆਂਡਾ ਵੇਖਿਆ ਜੇ ਕੋਈ ਨਾ, ਆਂਡੇ ਦੇ ਅੰਦਰ ਦੋ ਚੀਜ਼ਾਂ ਨੇ, ਇੱਕ ਸਫੈਦੀ ਹੈ ਅਤੇ ਇੱਕ ਜ਼ਰਦੀ ਹੈ ਕਿ ਕੋਈ ਨਾ, ਬੋਲੋ ਤਾਂ ਸਹੀ। ਆਂਡਾ ਲੋਡ ਹੁੰਦਾ ਗੱਡੀਆਂ 'ਤੇ, ਫਿਰ ਲਾਇਆ ਜਾਂਦਾ, ਫਿਰ ਸਟੋਰਾਂ 'ਚ ਆਉਂਦਾ, ਦੁਕਾਨਾਂ 'ਚ ਆਉਂਦਾ, ਆਂਡੇ ਨੂੰ ਛਾਪਰ 'ਚ ਪਾ ਕੇ ਘਰ ਵੀ ਲਿਆਉਂਦੇ ਹਾਂ, ਹਿੱਲ ਰਿਹਾ, ਹਿੱਲਦਾ ਰਿਹਾ। ਅੱਲਾ ਦੇ ਨੇ ਮੇਰੀ ਕੁਦਰਤ ਵੇਖ, ਮੈਂ ਕਦੀ ਆਂਡੇ ਦੀ ਸਫੈਦੀ ਅਤੇ ਜ਼ਰਦੀ ਨੂੰ ਆਪਸ 'ਚ ਮਿਕਸ ਨਹੀਂ ਹੋਣ ਦਿੱਤਾ, ਕਦੀ ਹੋਣ ਦਿੱਤਾ ਉਹਨੇ। ਅਤੇ ਜਿਸ ਆਂਡੇ ਦੀ ਸਫੈਦੀ ਜ਼ਰਦੀ ਮਿਕਸ ਹੋ ਜਾਏ, ਸਾਡੇ ਕਾਗਜ਼ਾਂ 'ਚੋਂ ਆਂਡਾ ਗੰਦਾ ਹੁੰਦਾ, ਉਹਨੂੰ ਕਿੱਥੇ ਸੁੱਟਣੇ ਆ, ਟੋਕਰੀ 'ਚ, ਗੰਦੀ ਟੋਕਰੀ 'ਚ ਬਾਹਰ ਰੂੜੀ 'ਤੇ। ਅਤੇ ਅੱਲਾ ਦੇ ਨੇ ਆਪਣੀ ਤੋਹੀਦ ਦੀ ਸਫੈਦੀ 'ਚ ਸ਼ਿਰਕ ਦੀ ਜ਼ਰਦੀ ਮਿਕਸ ਕਰਕੇ ਨਾ ਆਈ, ਨਹੀਂ ਤਾਂ ਮੈਂ ਵੀ ਤੈਨੂੰ ਗੰਦਾ ਆਂਡਾ ਸਮਝ ਕੇ ਜਹੰਨਮ ਦੀ ਟੋਕਰੀ 'ਚ ਵਗਾ ਦਿਆਂਗਾ। ਇਹ ਹੀ ਆਂਡਾ ਮੁਰਗੀ ਥੱਲੇ ਆਉਂਦਾ। ਜਿਹੜੀ ਆਂਡੇ ਦੀ ਸਫੈਦੀ ਹੈ ਨਾ, ਇਹਦਾ ਚੂਜ਼ਾ ਬਣਦਾ, ਗੱਲ ਤਵੱਜੋ ਨਾ ਸੁਣੋ। ਅਤੇ ਜਿਹੜੀ ਜ਼ਰਦੀ ਹੈ, ਅੱਲਾ ਉਸ ਚੂਜ਼ੇ ਦੀ ਖੁਰਾਕ ਬਣਾ ਦਿੰਦੇ ਨੇ। ਆਂਡੇ ਦੇ ਅੰਦਰ ਉਸ ਚੂਜ਼ੇ ਦੀ ਖੁਰਾਕ ਕੀ ਹੈ? ਉਹ ਜ਼ਰਦੀ। ਅਤੇ ਸਫੈਦੀ ਦਾ ਚੂਜ਼ਾ ਬਣੇ, ਜ਼ਰਦੀ ਖੁਰਾਕ ਬਣ ਗਈ। ਅਤੇ ਅੱਲਾ ਦੇ ਨੇ ਚੂਜ਼ਿਆ, ਹੁਣ ਆਂਡੇ 'ਚੋਂ ਬਾਹਰ ਆ ਚੂਚਿਆ। ਉਹ ਆਉਂਦਾ, ਅੱਲਾ ਬੂਹਾ ਕੋ ਨਹੀਂ, ਬਾਰੀ ਕੋ ਨਹੀਂ, ਰੋਸ਼ਨਦਾਨ ਕੋ ਨਹੀਂ, ਥੌੜਾ ਕੋ ਨਹੀਂ, ਛੈਣੀ ਕੋ ਨਹੀਂ, ਆਵਾਂ ਕਿਵੇਂ? ਅੱਲਾ ਦੇ ਨੇ ਤੈਨੂੰ ਨਿੱਕੀ ਜਿਹੀ ਛੈਣੀ ਦਿੱਤੀ, ਇਹਨੂੰ ਅੰਦਰੋਂ ਮਾਰ ਸੁ। ਆਂਡੇ ਦੇ ਅੰਦਰੋਂ ਆਂਡੇ ਦੀ ਛਿੱਲਣ ਨੂੰ ਠੂੰਗਾ ਮਾਰਦਾ ਚੂਜ਼ਾ, ਛਿੱਲਣ ਟੁੱਟ ਗਈ, ਚੂਜ਼ਾ ਬਾਹਰ ਆ ਗਿਆ। ਮਾਂ ਨਾ ਚੁਗਣ ਡਿਆ। ਰਾਜੋਵਾਲ ਤਾਂ ਕਿਸੇ ਪ੍ਰਾਇਮਰੀ ਸਕੂਲ 'ਚ ਨਹੀਂ ਪੜ੍ਹਿਆ, ਹਾਈ ਸਕੂਲ 'ਚ ਨਹੀਂ ਪੜ੍ਹਿਆ, ਲੇਕਿਨ ਵੇਖ ਲਓ ਅੱਲਾ ਨੇ ਇਹਨੂੰ ਫਾਹਮੋ ਫਰਾਸਤ ਕਿੰਨੀ ਦਿੱਤੀ। ਕਿਸੇ ਸਕੂਲ 'ਚ ਨਹੀਂ ਪੜ੍ਹਿਆ, ਕੁੱਤਾ ਵਹਿੰਦਾ ਭੱਜ ਕੇ ਮਾਂ ਦੇ ਪਰਾਂ 'ਚ ਵੜ ਜਾਂਦਾ, ਬਿੱਲੇ ਨੂੰ ਵਹਿੰਦਾ ਭੱਜ ਕੇ ਮਾਂ ਦੇ ਪਰਾਂ 'ਚ ਛੁੱਪ ਜਾਂਦਾ। ਰੱਬ ਨੂੰ ਛੱਡ ਕੇ ਗੈਰਾਂ ਨੂੰ ਦਾਤਾ ਕਹਿਣੇ ਵਾਲੋ, ਮੁਸ਼ਕਿਲ ਕੁਸ਼ਾ ਕਹਿਣੇ ਵਾਲੋ, ਦੱਸ ਮੈਨੂੰ ਉਹ ਕੌਣ ਹੈ ਜਿਹਨੇ ਆਂਡੇ ਦੀ ਸਫੈਦੀ ਅਤੇ ਜ਼ਰਦੀ ਨੂੰ ਮਿਕਸ ਨਹੀਂ ਹੋਣ ਦਿੱਤਾ? ਉਹ ਕੌਣ ਹੈ ਜਿਹਨੇ ਸਫੈਦੀ ਦਾ ਚੂਜ਼ਾ ਬਣਾਇਆ, ਜ਼ਰਦੀ ਨੂੰ ਉਹਦੀ ਖੁਰਾਕ ਬਣਾਇਆ? ਕੌਣ ਹੈ ਜਿਹਨੇ ਠੂੰਗੇ ਮਾਰਨ ਦੀਆਂ ਜਾਚਾਂ ਦੱਸੀਆਂ ਨੇ? ਉਹ ਕੌਣ ਹੈ ਜਿਹਨੇ ਇਹਨੂੰ ਸੱਜਣ ਅਤੇ ਦੁਸ਼ਮਣ ਦੀਆਂ ਤਮੀਜ਼ਾਂ ਦਿੱਤੀਆਂ? ਕੌਣ ਹੈ ਬੋਲੋ? ਬੋਲੋ ਵੱਲਾਹੁ ਆਹਦ। ਕਿੰਨੇ ਵੱਲ ਦੱਸਿਆ, ਕਿੰਨੇ ਜੇ ਸਿਖਾਇਆ, ਆਂਡੇ 'ਚੋਂ ਚੂਚਾ ਕਿਵੇਂ ਨਿਕਲ ਆਇਆ, ਬੂਆ ਬਾਰੀ ਬੰਦ ਕਿੱਥੋਂ ਖਾਂਦਾ ਸੀ, ਉਹ ਮਿਰਚਾਂ ਦੀ ਕਰਤਨ, ਫੁੱਲਾਂ ਦੀ ਖੁਸ਼ਬੋ। ਅਤੇ ਗੱਲ ਸੁਣ ਲਓ ਕਿਵੇਂ ਲੱਗੇ, ਵੇਖੋ ਅੰਗੂਰਾਂ ਦੇ ਗੁੱਛੇ ਕਿੰਨੇ ਸੋਹਣੇ ਲੱਗਦੇ ਨੀ, ਨੀਵੇਂ ਅਤੇ ਉੱਚੇ ਮੋਤੀਆਂ ਦੇ ਵਾਂਗੂ ਦਿੱਤੇ ਨੇ ਪਰੋ, ਮਿਰਚਾਂ ਦੀ ਕਰਤਨ, ਫੁੱਲਾਂ ਦੀ ਖੁਸ਼ਬੋ। ਜਿਵੇਂ ਜਿਵੇਂ ਖਾਈਏ ਅਤੇ ਆਉਂਦਾ ਏ ਜਲਵਾ, ਲਾਓ ਕੇਲੇ ਦਾ ਛਿੱਲੜ, ਖਾਓ ਤਾਜ਼ਾ ਹਲਵਾ। ਮਿੱਠਾ ਕਿੰਨੇ ਪਾਇਆ ਜੇ ਲਾਓ ਖਟੋ, ਮਿਰਚਾਂ ਦੀ ਕਰਤਨ, ਫੁੱਲਾਂ ਦੀ ਖੁਸ਼ਬੋ। ਗੰਦਾ ਵੀ ਨਹੀਂ ਹੋਣਾ ਅਤੇ ਬੋ ਵੀ ਨਹੀਂ ਆਣੀ, ਕੜਾ ਭਰਿਆ ਵੇਖੋ ਮਤੀਰੇ ਦਾ ਪਾਣੀ, ਲਾਲ ਜੇ ਅਗੂਦਾ ਅਤੇ ਸੋਹਣੀ ਜੀਸ਼ੋ। ਖਾਂਦੇ ਹੋ ਦੁਆੜਾਂਗੇ ਕੋਈ ਨਾ? ਇੱਕ ਬੰਦਾ ਕਹਿਣ ਲੱਗਾ, ਅੱਲਾ ਤੇਰੀ ਵੀ ਅਜੀਬ ਕੁਦਰਤ, ਐਡਾ ਵੱਡਾ ਦਰਖਤ ਉੱਤੇ ਛੋਟਾ ਜਿਹਾ ਅੰਬ ਲਾ ਛੜਿਆ, ਅਤੇ ਨਿੱਕੀ ਜਿਹੀ ਵੱਲ ਐਡਾ ਰਾ ਦੁਆਣਾ, ਅਤੇ ਰੱਬ ਲੱਗਾ ਇਹਨੂੰ ਮਨਾਉਣੇ, ਕਿਤੇ ਮੰਬ ਥੱਲੇ ਸੌਂ ਗਿਆ, ਉੱਤੋਂ ਅੰਬ ਟੁੱਟਾ ਦੀਆਂ ਨਾਸਾਂ ਦੇ ਵੱਜਾ। ਉੱਠ ਕੇ ਰਹਿੰਦਾ, ਨਹੀਂ ਤੂੰ ਠੀਕ ਹੈ, ਇੱਥੇ ਦੁਆਣਾ ਹੁੰਦਾ, ਮੇਰੇ ਵਾਲਾ ਬੇੜਾ ਰੁੜ ਗਿਆ ਸੀ। ਰੱਬ ਮਨਾਉਣ 'ਤੇ ਆਏ, ਕਿਵੇਂ ਮਨਾਉਂਦਾ? ਅਜਬ ਕਾਰਾਗਰੀ ਤੇਰੀ ਨਰਾਲੀ, ਮੱਝਾਂ ਗਾਵਾਂ ਖਾਵਣ ਤੂੜੀ ਪਰਾਲੀ,
ਸਾਫ ਚਿੱਟਾ ਦੁੱਧ ਲੈਨੇ ਆ ਚੋ ਕਿ ਚੁਆਇਆ ਹੀ ਲੱਭ ਜਾਂਦਾ ਜੀ। ਮਾਈ ਥੱਲੇ ਕੱਟਾ ਛੱਡਿਆ, ਦੋ ਮੂੰਹ ਮਾਰੇ, ਹਵਾਨਾ ਪੂਰਾ ਦੁੱਧ ਨਾਲ ਫੁੱਲ ਹੋ ਗਿਆ। ਇਹਨੇ ਕੱਟੇ ਨੂੰ ਫੜ ਕੇ ਖਿੱਚਣਾ ਸ਼ੁਰੂ ਕਰ, ਉਵੇਂ ਨਹੀਂ ਲੈਂਦਾ, ਮੂੰਹ ਤੋਂ ਫੜ ਕੇ ਖਿੱਚ ਕੇ ਲਾਉਂਦਾ, ਜਾ ਕੇ ਮੱਝ ਅੱਗੇ ਬੰਨ ਦਿੰਦਾ। ਮੱਝ ਉਹਨੂੰ ਚੁੰਮਦੀ ਹੈ, ਚੜਦੀ ਹੈ, ਆਂਹਦੀ ਪੁੱਤਰ ਚੁੱਪ ਕਰ, ਸਾਡੇ ਨਾਲ ਐਵੇਂ ਹੀ ਹੋਣੀ ਹੈ। ਆਪ ਬਾਲਟੀ ਫੜੀਏ ਥੱਲੇ ਬਹਿ ਗਿਆ, ਉਹਨੇ ਗੁੱਸੇ ਨਾਲ ਵੇਖਿਆ ਵੀ ਮੇਰਾ ਕਾਲਾ ਹੀ ਹੈ, ਚਿੱਟਾ ਕਿੱਥੋਂ ਬਹਿ ਗਿਆ। ਇਹਨੇ ਥਣ ਫੜਿਆ, ਮਾਰੀ ਧਾਰ, ਉਹਨੇ ਮੂੰਹ ਪਰਾਂ ਕਰ ਲਿਆ। ਆਵਾਜ਼ ਆਈ, ਹੁਣ ਪੂਛਲ ਵੀ ਨਹੀਂ ਹਿਲਾਉਣੀ ਅਤੇ ਲੱਤ ਵੀ ਨਹੀਂ ਹਿਲਾਉਣੀ। ਥੱਲਾਂ ਨੇ ਮੇਰੀ ਕੁਦਰਤ ਹੋਰ ਵੇਖ, ਮੇਰੀ ਕੁਦਰਤ ਹਵਾਨਾ ਫੁੱਲ ਏ। ਥੱਲੇ ਮੈਂ ਚਾਰ ਬੋਤਲਾਂ ਫਿੱਟ ਕੀਤੀਆਂ ਨੇ, ਉਹਨਾਂ ਬੋਤਲਾਂ ਦਾ ਮੂੰਹ ਵੀ ਠਾਂ ਏ ਅਤੇ ਥੱਲੇ ਮੈਂ ਢੱਕਣ ਵੀ ਕੋਨੀਓ ਲਾਇਆ। ਥੱਲਾਂ ਦੇ ਨੇ ਉੱਤੇ ਦੁੱਧ ਦਾ ਪ੍ਰੈਸ਼ਰ ਵੀ ਬੜਾ ਹੈ, ਪਰ ਮੇਰੀ ਕੁਦਰਤ ਵੇਖ, ਮੈਂ ਕਦੀ ਇੱਕ ਕਤਰਾ ਵੀ ਜ਼ਮੀਨ 'ਤੇ ਡਿੱਗਣ ਨਹੀਂ ਹੋ ਦਿੱਤਾ। ਇਹ ਚੋਂਡੀ ਹੈ। ਆਵਾਜ਼ ਆਈ, ਮਿੰਬਈ ਨੇ ਫਰਸਿਮ ਵਾਦਾ ਮਿਲਾ ਬਨਨ ਖਾਲੇ ਸਨ। ਇੱਕ ਪਾਸੇ ਗੋਬਰ ਦੀ ਨਾਲੀ, ਪਿਸ਼ਾਬ ਦੀ, ਖੂਨ ਦੀ, ਥੱਲਾਂ ਦੇ ਨੇ ਮੇਰੀ ਕੁਦਰਤ ਵੇ ਵਿੱਚ ਹੀ ਦੁੱਧ ਹੀ ਹੈ, ਪਰ ਮੈਂ ਕਦੀ ਦੁੱਧ 'ਚ ਗੋਬਰ ਮਿਕਸ ਹੋਣ ਦਿੱਤਾ। ਮੈਂ ਲਾਬਾਨਨ ਖਾਲੀ ਸਨ, ਮੈਂ ਖਾਲਿਸ ਦੁੱਧ ਦੇਣਾ ਅਤੇ ਖੀਰਾਂ ਗੈਰੁੱਲਾ ਦੇ ਨਾਂ ਦੀਆਂ ਪਕਾ ਕੇ ਵੰਡਣ ਡਿਆ, ਸਬੀਲਾ ਗੈਰੁੱਲਾ ਦੇ ਨਾਂ ਦੀਆਂ ਲਾਉਣ ਡਿਆ। ਔਰ ਰਾਜੋਵਾਲ ਦੇ ਬਾਸੀ ਉਹ ਤੁਲਾਬਾ ਉਲਾਮਾ ਦੀ ਜਮਾਤ, ਦੁੱਧ ਉਹ ਹੀ ਖਾਲਸ ਹੈ ਜਿਹੜਾ ਥਣ ਮੱਝ ਦੇ ਥਣ 'ਚੋਂ ਨਿਕਲਿਆ। ਇਹਦੇ ਅੰਦਰ ਰਾਜੋਵਾਲ ਦੇ ਨਲਕਿਆਂ ਦਾ, ਨਹਿਰਾਂ ਦਾ ਪਾਣੀ ਪਾ, ਦੁੱਧ ਖਾਲਸ ਨਹੀਂ। ਇਹਦੇ ਅੰਦਰ ਡਿਊ ਪਾ, ਮਰਿੰਡਾ ਪਾ, ਨੈਸਲੇ ਪਾ, ਜ਼ਮਜ਼ਮ ਪਾ, ਦੁੱਧ ਖਾਲਸ ਨਹੀਂ। ਦੁੱਧ ਉਹ ਹੀ ਖਾਲਸ ਹੈ ਜਿਹੜਾ ਮੱਝ ਦੇ ਥਣਾਂ 'ਚੋਂ ਡਾਇਰੈਕਟ ਨਿਕਲਿਆ। ਦੀਨ ਉਹ ਹੀ ਖਾਲਸ ਹੈ ਜਿਹੜਾ ਮੁਹੰਮਦ ਦੀ ਜ਼ਬਾਨੇ ਨਬੂਵਤ 'ਚੋਂ ਡਾਇਰੈਕਟ ਨਿਕਲਿਆ, ਬਾਕੀ ਸਭ ਨਦੀਨ। ਪੱਠਿਆਂ ਦੇ ਵਿੱਚ ਦੁੱਧ ਮਸ਼ੀਨਾਂ ਲੱਗੀਆਂ ਨੇ, ਕਾਲੇ ਥਣਾਂ ਵਿੱਚ ਵੇਖੋ ਧਾਰਾਂ ਵਗੀਆਂ ਨੇ। ਦੁੱਧ ਵਿੱਚ ਦਹੀਂ ਤੇ ਦਹੀਂ ਵਿੱਚ ਥਿੰਦਾ ਏ, ਮਰ ਜਾਣਿਆ ਮਰ ਜਾਣਾ ਹੀ ਮਾਲਿਕ ਜ਼ਿੰਦਾ ਏ। ਢਿੱਡਾਂ ਦੇ ਵਿੱਚ ਭਾਂਡੇ ਰੱਖੇ ਹੋਏ ਨੇ, ਮੁਰਗੀ ਦੇ ਵਿੱਚ ਆਂਡੇ ਰੱਖੇ ਹੋਏ ਨੇ। ਕਿਤੇ ਬਣਦਾ ਪਿਆ ਬੰਦਾ, ਕਿਤੇ ਬਣਦਾ ਪਿਆ ਪਰਿੰਦਾ ਏ, ਮਰ ਜਾਣਿਆ ਮਰ ਜਾਣਾ ਹੀ ਮਾਲਿਕ ਜ਼ਿੰਦਾ ਏ। ਅੱਲਾ ਅਮਲ ਦੀ ਤੌਫੀਕ ਦੇ, ਔਰ ਇਸ ਅਦਾਰੇ ਨੂੰ ਅੱਲਾ ਕਿਆਮਤ ਦੀਆਂ ਦੀਵਾਰਾਂ ਤੱਕ ਆਬਾਦ ਰੱਖੇ। ਮੌਲਾਨਾ ਅਬੈਦੁੱਲਾ ਮੁਹਸਨ ਸਾਹਿਬ, ਉਹਨਾਂ ਦੇ ਭਾਈ ਔਰ ਦੀਗਰ ਰੁਫਾਕਾ, ਅੱਲਾ ਇਹਨਾਂ ਦੇ ਬਜ਼ੁਰਗ ਵਲੀਏ ਕਾਮਿਲ ਸ਼ੇਖ ਉਲ ਹਦੀਸ ਹਜ਼ਰਤ ਮੌਲਾਨਾ ਯੂਸਫ ਰਾਜੋਵਾਲ ਵੀ, ਅੱਲਾ ਉਹਨਾਂ ਦੀ ਕਬਰ ਨੂੰ ਜੰਨਤ ਦਾ ਬਗੀਚਾ ਬਣਾਏ। ਜਿਨ੍ਹਾਂ ਤੁਲਾਬਾ ਪੜ੍ਹ ਕੇ ਫਾਰਗ ਹੋਏ ਸਹੀ ਉਲ ਬੁਖਾਰੀ, ਅੱਲਾ ਇਹਨਾਂ ਨੂੰ ਦੀਨ ਦੇ ਅਜ਼ੀਮ ਆਲਮੇ ਦੀਨ ਬਣਾਏ, ਇੱਥੋਂ ਦੇ ਅਸਾਤਜ਼ਾ ਦੀਆਂ ਮਿਹਨਤਾਂ ਕਬੂਲ ਫਰਮਾਏ। ਵਾ ਆਖਿਰ ਦਾਵਾਨਾ ਅਲਹਮਦੁਲਿਲਾਹ ਨਸਰੁ ਮਿਨ ਅੱਲਾਹ, ਆਖ ਕੇ ਨਾ ਉਮੀਦਾਂ ਆਸੀਆਂ ਨੂੰ, ਫਿਰ ਦੇ ਦਿੱਤੀ ਉਮੀਦ ਆਪਣੇ ਫਜ਼ਲ ਥੀ ਲਾ ਤੱਕ ਨਾ ਤੂੰ। ਮਿਰ ਰਹਿਮਤ ਅੱਲਾਹ, ਆਖ ਕੇ ਜ਼ਾਤ ਤੇਰੀ, ਇਲਮ ਤੇਰਾ, ਤੂੰ ਆਪੇ ਸਿਫਤਾਂ ਕੀਤੀਆਂ, ਇਬਤਦਾ ਕੁਰਾਨ ਥੀ। ਅਲਹਮਦੁਲਿਲਾਹ, ਆਖ ਕੇ ਇਲਮਾਂ ਵਾਲੇ ਕਰਨ ਖਾਹਿਸ਼, ਕੁਝ ਹੋਰ ਵੀ ਪੜ੍ਹ ਲਈ ਹੈ, ਕੀਤਾ ਪਾਬੰਦ ਸਭ ਨੂੰ ਤੂੰ, ਇੱਤਾ
ਦਾ ਕੁੱਲਾ ਆਖ ਕੇ ਮਾਲ ਸਾਰੇ ਦਾ ਮਾਲਿਕ ਤੂੰ, ਇਹ ਮਾਲਾਂ ਵਾਲੇ ਵੀ ਤੇਰੇ, ਕਰਨਾ ਏ ਅਜ਼ਮੈਸ਼ ਤੂੰ। ਵਕਰੀ ਜ਼ੁੱਲਾ ਆਖ ਕੇ ਆਸੀਆਂ ਦੇ ਵਾਸਤੇ ਬੂਆ ਕਰਮ ਦਾ ਖੋਲਿਆ, ਫਿਰ ਆਪੇ ਆਵਾਜ਼ਾਂ ਮਾਰੀਆਂ ਤੂੰ ਬੂ ਇਲੱਲਾ ਆਖ ਕੇ, ਨਹੀਂ ਗੁਜ਼ਾਰਾ ਸ਼ਮਸ਼ਾਮ ਦਾ ਤੋਹੀਦ ਮੰਨਣ ਬਗੈਰ, ਤੂੰ ਸਾਰੇ ਪਾਸੇ ਘੇਰ ਲੈ ਕੁੱਲ ਹੋ ਵੱਲਾ ਆਖ ਕੇ। ਲਾਮੀ ਅਲੀ ਦੁਆ ਲਾਮੀਯੂ, ਉਹ ਖੁਦ ਪੈਦਾ ਨਹੀਂ ਹੋਇਆ, ਪੂਰੀ ਕਾਇਨਾਤ ਨੂੰ ਪੈਦਾ ਬੋਲੋ ਕਿਹਨੇ ਕੀਤਾ, ਤੇ ਜਿਹੜਾ ਆਪ ਪੈਦਾ ਹੋਏ ਉਹਦੇ ਬਾਰੇ ਕੁਰਾਨ ਕੀ ਕਹਿ ਰਿਹਾ ਹੈ। ਅੱਲਾ ਫਰਮਾਉਂਦੇ ਨੇ ਵਤਖਜ਼ੂ ਮਿਨ ਦੂਨਹੀ ਆਲਿਹਤ ਅੱਲਾ ਯਖਲੁਕੂਨ ਸ਼ਈਆ, ਮੈਨੂੰ ਛੱਡ ਕੇ ਜਿਨ੍ਹਾਂ ਨੂੰ ਮੁਸ਼ਕਿਲ ਕੁਸ਼ਾ ਕਹਿੰਦੇ ਹੋ, ਹਾਜਤ ਰਵਾ ਕਹਿੰਦੇ ਹੋ, ਮੁਖਤਾਰੇ ਕੁੱਲ ਕਹਿੰਦੇ ਹੋ, ਗੰਜ ਬਖਸ਼ਾਉਂਦੇ ਹੋ, ਰੰਜ ਬਖਸ਼ਾਉਂਦੇ ਹੋ, ਲਾਜਪਾਲ ਗਰੀਬ ਗਨਵਾਜ਼ ਕਹਿੰਦੇ ਹੋ, ਅੱਲਾ ਫਰਮਾਉਂਦੇ ਨੇ ਲਾ ਯਖਲੁਕੂ ਨਸ਼ਈਆ, ਇਹਨਾਂ ਕੋਈ ਚੀਜ਼ ਵੀ ਪੈਦਾ ਨਹੀਂ ਜੇ ਕੀਤੀ। ਅੱਲਾ ਕਿਉਂ ਫਰਮਾਇਆ ਵਹੁਮ ਯੁਖਲਕੂਨ, ਇਹ ਖੁਦ ਪੈਦਾ ਕੀਤੇ ਗਏ ਨੇ। ਅਤੇ ਜਿਹੜਾ ਆਪ ਪੈਦਾ ਹੋਏ ਉਹ ਮੁਸ਼ਕਿਲ ਕੁਸ਼ਾ ਹੁੰਦਾ, ਉਹ ਬੋਲੋ ਤਾਂ ਸਹੀ। ਕੁਰਾਨ ਦੇ ਦੂਜੇ ਮੁਕਾਮ 'ਤੇ ਪਾਰਾ 26 ਹੈ, ਅੱਲਾ ਨੇ ਉੱਥੇ ਵੀ ਕਮਾਲ ਦਾ ਇੱਕ ਬੁਗਦਰ ਸੁੱਟਿਆ, ਬੁਗਦਰ ਮੁਸ਼ਰਕਾਂ ਵਾਸਤੇ, ਕਿਆਮਤ ਤੱਕ ਲੱਗੇ ਰਹਿਣ ਕੋ ਨਹੀਂ ਚੁੱਕ ਸਕਦੇ। ਅੱਲਾ ਫਰਮਾਉਂਦੇ ਨੇ ਕੁੱਲ ਅਰਾਈ ਤੁਮ ਇਨ ਤਦਊਨਾ ਮਿਨ ਦੂਨਿਲਾ ਅਰੂਨੀ ਮਾਜ਼ਾ ਖਲਕੂ ਮਿਨਲ ਅਰਸ, ਅੱਲਾ ਦੇ ਨੇ ਮੈਨੂੰ ਛੱਡ ਕੇ ਜਿਨ੍ਹਾਂ ਨੂੰ ਪੂਜਦੇ ਮੁਖਾਓ, ਇਹਨਾਂ ਮੇਰੀ ਜ਼ਮੀਨ 'ਤੇ ਬਣਾਇਆ ਕੀ ਹੈ, ਕੀ ਬਣਾਇਆ ਇਹਨਾਂ ਨੇ, ਕੀ ਪੈਦਾ ਕੀਤਾ। ਇੱਥੇ ਫਿਰ ਅੱਗੇ ਜਵਾਬ ਕੀ ਦਿੱਤਾ ਹੈ, ਬਣਾਉਣ ਜੋਗੇ ਕੁਝ ਹੈ ਹੀ ਨਹੀਂ। ਯੂਲਿਜੁ ਲੈਲ ਫਿਲ ਨਹਾਰ ਵਾ ਯੂਲਿਜੁ ਨਹਾਰ ਫਿਲ ਲੈਲ ਵਸਖਰ ਸ਼ਮਸ ਵਲ ਕਮਰ ਕੁੱਲੁਂ ਯਜਰੀ ਲਿ ਅਜਲਿ ਮੁਸੰਮਾ ਜ਼ਾਲਿਕੁਮ ਅੱਲਾਹੁ ਰੱਬੁਕੁਮ ਲਹੁਲ ਮੁਲਕ ਵੱਲਜ਼ੀਨਾ ਤਦਊਨਾ ਮਿਨ ਦੂਨਹੀ ਮਾ ਯਮਲਿਕੂਨ ਮਿਨ ਕਿਤਮੀਰ ਇਨ ਤਦੂਹੁਮ ਲਾ ਯਸਮਊ ਦੁਆਅਕੁਮ ਵਲਉ ਸਮਿਊ ਮਸਤਜਾਬੂ ਲਕੁਮ ਯਉਮਲ ਕਿਆਮਾ ਵਯਕਫੁਰੂਨ ਬਿਸ਼ਿਰਕਿਕੁਮ ਵਲਾ ਯੁਨੱਬਿਊਕਾ ਮਿਸਲੁ ਖਬੀਰ। ਅੱਲਾ ਦੇ ਨੇ ਨਾ ਕੀ ਬਣਾਉਣਾ, ਰਾਤਾਂ ਨੂੰ ਦਿਨ ਬਣਾਉਣ ਵਾਲਾ ਕੌਣ, ਉਹ ਬੋਲੋ ਤਾਂ ਸਹੀ ਆ, ਅਤੇ ਦਿਨਾਂ ਨੂੰ ਰਾਤਾਂ ਬਣਾਉਣ ਵਾਲਾ ਕੌਣ। ਇੱਕ ਹੋਰ ਮੁਕਾਮ ਦਾ ਫਿਰ ਕੁਰਾਨ ਮੈਨੂੰ ਯਾਦ ਆਇਆ, ਕੁੱਲ ਅਰਾ ਆਈ ਤੁਮ ਇਨ ਜਾਲ ਅੱਲਾਹੋ ਅਲੈਕੁਮ ਅੱਲੈਲ ਸਰਮਦਨ ਇਲਾ ਯੌਮਿਲ ਕਿਆਮਤੀ ਮਨ ਇਲਾਹੁਨ ਗੈਰੁੱਲਾਹ ਯਾਤੀਕੁਮ ਬਿਸਿਆਇਲ ਅਫਲਾ ਤਸਮਊਨ। ਅੱਲਾ ਨੇ ਮੈਂ ਕਿਆਮਤ ਤੱਕ ਰਾਤ ਪਾ ਦਿਆਂ, ਕੋਈ ਐਸਾ ਇਲਾਹ ਹੈ ਜੇ ਜਿਹੜਾ ਦੇਣੀ ਛਾੜ ਦੇ, ਉਹ ਬੋਲੋ ਤਾਂ ਸਹੀ ਯਾਰ।
ਤੇ ਜੇ ਕਿਆਮਤ ਤੱਕ ਮੈਂ ਦਿਨ ਚੜ੍ਹਦਿਆਂ ਕੋਈ ਐਸਾ ਇਲਾਹ ਹੈ ਜਿਹੜਾ ਰਾਤ ਪਾ ਦੇ? ਬੋਲੋ ਤੇ ਸਹੀ ਨਹੀਂ। ਇੱਕ ਹੋਰ ਜਗ੍ਹਾ ਦੇ ਕੁੱਲ ਆਇਆ, ਕੁੱਲ ਅਰਾਅਈਤੁਮ ਇਨ ਅਖਜ਼ ਅੱਲਾਹੁ ਸਮਅਕੁਮ ਵਅਬਸਾਰਕੁਮ ਵਖਤਮਾ ਅਲਾ ਕੁਲੂਬਿਕੁਮ ਮਨ ਇਲਾਹੁਨ ਗੈਰੁੱਲਾਹ ਯਾਤੀਕੁਮ ਬੀ। ਅੱਲਾਹ ਨੇ ਮੈਂ ਤੁਹਾਡੀਆਂ ਅੱਖਾਂ ਦੀ ਬਿਨਾਈ ਖੋਲਵਾਂ, ਕੰਨਾਂ ਦੀ ਸਮਾਤ ਖੋਲਵਾਂ, ਤੁਹਾਡੇ ਦਿਲਾਂ ਦੀ ਧੜਕਣ ਨੂੰ ਬੰਦ ਕਰਦਿਆਂ ਕੋਈ ਐਸਾ ਇਲਾਹ ਹੈ? ਮੇਰੀ ਖੁਸ਼ੀ ਹੋਈ ਬਿਨਾਈ ਵਾਪਸ ਕਰ ਦੇ, ਬੋਲੀਏ, ਕੰਨਾਂ ਦੀ ਸੁਣਾਈ ਵਾਪਸ ਕਰ ਦੇ, ਜਿਹੜੀ ਮੈਂ ਦਿਲ ਦੀ ਧੜਕਣ ਨੂੰ ਬੰਦ ਕਰ ਦਿੱਤਾ ਇਹਨੂੰ ਜਾਰੀ ਕਰ ਦੇ। ਫਿਰ ਕੌਣ ਹੈ ਪੂਰੀ ਕਾਇਨਾਤ ਦਾ ਖਾਲਿਕ? ਬੋਲੋ ਯਾਰ, ਕੁਲ ਹੁਵੱਲਾਹੁ ਅਹਦ ਅੱਲਾਹੁ ਸਮਦ ਲਮ ਯਲਿਦ ਵਲਮ ਯੂਲਦ। ਕੌਣ ਹੈ ਬਾਦਸ਼ਾਹ? ਅੱਲਾਹ ਨੇ ਮੈਨੂੰ ਛੱਡ ਕੇ ਜਿਹਨਾਂ ਨੂੰ ਤੁਸੀਂ ਪੂਜਦੇ ਹੋ। ਖਜੂਰ ਦੀ ਗਿੜਕ ਵੇਖੀ ਹੈ, ਮਾਸ਼ਾਅੱਲਾ ਤੁਲਾਬਾ ਉਲਾਮਾ ਮੌਜੂਦ ਨੇ। ਕਿਤਮੀਰ ਦਾ ਮਾਨਾ, ਖਜੂਰ ਦੀ ਗਿੜਕ ਦੇ ਅੰਦਰ ਪਤਲਾ ਜਿਹਾ ਧਾਗਾ ਹੁੰਦਾ ਅਤੇ ਗਿੜਕ ਦੇ ਉੱਤੇ ਇੱਕ ਪਤਲਾ ਜਿਹਾ ਛਿਲਕਾ ਚੜਿਆ ਹੁੰਦਾ, ਇਹਨੂੰ ਅਰਬੀ 'ਚ ਕਿਤਮੀਰ ਆਉਂਦੇ ਨੇ। ਅੱਲਾਹ ਨੇ ਮੈਨੂੰ ਛੱਡ ਕੇ ਜਿੰਨਾ ਕੋ ਤੂੰ ਮੰਗਣਾ, ਇਹ ਧਾਗੇ ਅਤੇ ਛਿਲਕੇ ਦੇ ਮਾਲਕ ਨਹੀਂ, ਤੈਨੂੰ 5 ਕਿਲੋ ਦਾ ਮੁੰਡਾ ਕਿੱਥੋਂ ਦੇਣਗੇ? ਬੋਲਦੇ ਨੇ ਤੂੰ ਐਵੇਂ ਆਨਾ ਲੱਲਾ ਕੁੱਕੜ ਦੇ ਦੇ ਪੁੱਤਰ, ਕੁੱਕੜਾਂ ਤੋਂ ਪੁੱਤਰ ਮਿਲਦੇ ਸਾਰੇ ਪੋਲਟਰੀ ਫਾਰਮ ਵਾਲੇ ਹੀ ਲੈ ਜਾਂਦੇ, ਅਤੇ ਜੇ ਇਹਨਾਂ ਬਾਬਿਆਂ ਦੇ ਹੱਥ ਵਸ ਪੁੱਤਰ ਧੀਆਂ ਹੁੰਦੀਆਂ, ਭਾਬੀਆਂ ਲਕਾਣੀ ਕੁੜੀ ਵੀ ਨਹੀਂ ਜੰਮਣੀ, ਇੱਕ ਇੱਕ ਭਾਬੀ ਦੇ 18-18 ਬਾਲ ਨੇ। ਉਹ ਬੋਲਦੇ ਨਹੀਂ ਯਾਰ, ਕੀ ਹੋਇਆ? ਕੌਣ ਦੇਣ ਵਾਲਾ? ਅੱਲਾਹ। ਬੋਲੋ, ਯਹਬੁ ਲਿਮਨ ਯਸ਼ਾਉ ਇਨਾਸਾ ਵਯਹਬੁ ਲਿਮਨ ਯਸ਼ਾਉ ਜ਼ਕੂਰ ਔ ਯੁਜ਼ਵਿਜੁਹੁਮ ਜ਼ੁਕਰਾਨੁ ਵਇਨਾਸਾ ਵਯਜਅਲੁ ਮਨ ਯਸ਼ਾਉ ਵਕੀਮਾ। ਧੀਆਂ ਪੁੱਤ ਦਿੰਦਾ ਈ ਰੱਬ ਸੋਹਣਾ, ਅਨਗਿਣਤ ਨਾਲੇ ਜ਼ਰ ਮਾਲ ਦੇਵੇ, ਲੋਕੀ ਪੁੱਤਰਾਂ ਦੇ ਮੂੰਹ ਨੂੰ ਸਹਿਕਦੇ ਨੇ ਅਤੇ ਉਹ ਸਿਰਫ ਧੀਆਂ ਦੇ ਕਈ ਟਾਲ ਦੇਵੇ। ਕਿਤੇ ਪੁੱਤ ਵੀ ਨਹੀਂ, ਕਿਤੇ ਧੀ ਵੀ ਨਹੀਂ, ਦੂਆਂ ਜੀਆਂ ਨੂੰ ਕਰ ਬਿਹਾਲ ਦੇਵੇ। ਕਿਤੇ ਔਲਾਦਾਂ ਦੇ ਕੇ ਖੋ ਲੈਂਦਾ, ਸਗੋਂ ਲਾਂਬੋ ਕਲੇਜੜੇ ਬਾਲ ਦੇਵੇ। ਕਿਤੇ ਕੋਈ ਨਹੀਂ ਖਾਨ ਹੰਡਾਨ ਵਾਲਾ, ਤੇ ਦੌਲਤ ਮੀਂਹ ਦੇ ਵਾਂਗ ਪਈ ਬਰਸ ਦੀਏ। ਕਿਤੇ ਹੀਰਿਆਂ ਜਈ ਔਲਾਦ ਵੇਖੀ, ਪਈ ਟੁੱਕਰ ਦੇ ਭੋਰੇ ਨੂੰ ਤਰਸ ਦੀਏ। ਕੌਣ ਹੈ? ਆਖਰੀ ਬਾਤ ਸੁਣ ਲਓ, ਕੌਣ ਬਾਦਸ਼ਾਹ ਪੂਰੀ ਕਹਿਣ? ਲਹੂ ਮੁਲਕੁ ਸਮਾਵਾਤੀ ਵਲ ਅਰਜ਼ ਯੁਹਜੀ ਵਯੁਮੀਤ। ਜ਼ਿੰਦਾ ਵੀ ਉਹੀ ਕਰਦਾ ਅਤੇ ਮਾਰਦਾ ਵੀ। ਕੌਣ ਹੈ? ਬੋਲੋ। ਤੁਖਰੀਜੁਲ ਹਈਆ ਮਿਨਲ ਮਈਤ ਵ ਤੁਖਰੀਜੁਲ ਮਈਤ ਮਿਨਲ। ਮੁਰਦਿਆਂ ਚੋਂ ਜ਼ਿੰਦਾ, ਜ਼ਿੰਦਾ ਚੋਂ ਮੁਰਦੇ।